ਰੇਅ ਆਫ ਪੋਸਟਿਵ ਸੰਸਥਾ ਦੇ ਸਮਾਜ ਸੇਵਾ ਅਤੇ ਮਾਂ ਦੀ ਰਸੋਈ ਮੁਹਿੰਮ ਤਹਿਤ MP ਸਿੰਘ ਦੀ ਅਗਵਾਈ ਵਿੱਚ ਲੁਧਿਆਣਾ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਟੀਚਰ ਸਟਾਫ ਵੱਲੋਂ ਲੁਧਿਆਣਾ ਦੇ DMC ਅਤੇ ਹੋਰ ਹਸਪਤਾਲਾਂ ਵਿੱਚ ਆਏ ਜ਼ਰੂਰਤਮੰਦ ਪਰਿਵਾਰਾਂ ਨੂੰ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਇੱਕ ਇੱਕ ਰੋਟੀ ਇਕੱਠੀ ਕਰਕੇ ਹਸਪਤਾਲ ਵਿੱਚ ਖਾਣਾ ਪਹੁੰਚਾਇਆ ਜਾਂਦਾ ਹੈ। ਜਾਣਕਾਰੀ ਦਿੰਦੇ ਸੰਸਥਾ ਦੇ ਪ੍ਰਧਾਨ MP ਸਿੰਘ ਨੇ ਦੱਸਿਆ ਕਿ ਇਸ ਸੰਸਥਾ ਦੁਆਰਾ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ RSS ਮਾਡਲ ਸਕੂਲ ਦੇ ਬੱਚੇ ਅਤੇ ਸਟਾਫ ਟੀਚਰ ਅਤੇ ਹੋਰ ਵੀ ਕਈ ਸਕੂਲਾਂ ਦੇ ਬੱਚੇ ਆਪਣੇ ਨਾਲ ਇੱਕ ਜਾਂ ਦੋ ਰੋਟੀਆਂ ਲੈ ਕੇ ਆਉਂਦੇ ਹਨ ਅਤੇ ਇਸ ਤਰ੍ਹਾਂ ਹਸਪਤਾਲ ਦੇ ਵਿੱਚ ਪਏ ਮਰੀਜ਼ ਜੋ ਕਿ ਜ਼ਰੂਰਤਮੰਦ ਹਨ ਉਹਨਾਂ ਨੂੰ ਖਾਣਾ ਪਹੁੰਚਾਇਆ ਜਾਂਦਾ ਹੈ। ਇਸ ਤਰ੍ਹਾਂ ਇਹ ਸਮਾਜ ਭਲਾਈ ਦੇ ਕੰਮ ਸੰਸਥਾ ਦੁਆਰਾ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਸੰਸਥਾ ਜੀ ਰੇ ਆਫ ਪੋਜ਼ਿਟਿਵਿਟੀ ਅਤੇ ਉਹਦਾ ਇੱਕ ਪ੍ਰੋਜੈਕਟ ਹੈ ਮਾਂ ਕੀ ਰਸੋਈ, ਜੋ ਪਿਛਲੇ ਸਾਲ 18 September 2018 ਤੋਂ ਸ਼ੁਰੂ ਕੀਤਾ ਸੀ। ਅਸੀਂ RS ਮਾਡਲ ਸਕੂਲ ਦੇ 4100 ਬੱਚੇ ਅਤੇ 200 ਟੀਚਰ ਸਟਾਫ ਉਹਨਾਂ ਦਾ ਆਪਣੇ ਲੰਚ ਦੇ ਨਾਲ ਇੱਕ ਇੱਕ ਰੋਟੀ ਲੈ ਕੇ ਆਉਂਦਾ। ਉਹ ਲਾਇਆ ਹੋਇਆ ਬੂਟਾ ਅੱਜ ਬਹੁਤ ਵੱਡੇ ਲੈਵਲ 'ਤੇ ਪਹੁੰਚ ਗਿਆ। BCM ਸਕੂਲ ਦੁਗਰੀ, BCM ਸਕੂਲ ਚੰਡੀਗੜ੍ਹ ਰੋਡ ਤੋਂ ਵੀ ਖਾਣਾ ਆ ਰਿਹਾ। 15,000 ਪਰਿਵਾਰ ਲੁਧਿਆਣੇ ਦਾ ਬੱਚੇ ਆਪਣੇ ਖਾਣੇ ਦੇ ਨਾਲ ਇੱਕ ਇੱਕ ਦੋ ਦੋ ਰੋਟੀਆਂ ਲੈ ਕੇ ਆਉਂਦੇ ਅਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਲੰਗਰ ਚੱਲ ਰਿਹਾ ਹਰ ਟਿਊਜ਼ਡੇ ਅਤੇ ਫਰਾਈਡੇ ਲਗਾਤਾਰ ਚੱਲਦਾ। ਅੱਜ ਤੱਕ ਉਪਰਾਲ ਦੀ ਕਿਰਪਾ ਨਾਲ ਇੱਕ ਵੀ ਨਾਗਾ ਨਹੀਂ ਪਿਆ ਇੱਕ ਸਾਲ ਦੇ ਵਿੱਚ। ਅਤੇ ਇਸ ਚੀਜ਼ ਦੀ ਮੈਂ ਆਪਣੀ ਜਿਹੜੀ ਸਾਰੀ ਟੀਮ ਹੈ ਮਾਂ ਕੀ ਰਸੋਈ ਦੀ ਉਹਨੂੰ ਹੈਟਸ ਔਫ ਕਰਦਾ। ਭਾਵੇਂ ਮੀਂਹ, ਹਨੇਰੀ, ਝੱਖੜ, ਜੋ ਮਰਜ਼ੀ ਹੋਇਆ, ਸਰਦੀ ਗਰਮੀ ਜੋ ਵੀ ਹੈ, ਇਹ ਟੀਮ ਹਮੇਸ਼ਾ ਮਾਵਾਂ ਸੇਵਾ ਕਰਨ ਲਈ ਪਹੁੰਚਦੇ ਆ ਰਹੀਆਂ। ਅਤੇ ਮੈਂ ਸਾਰਿਆਂ ਨੂੰ ਇਹੀ ਆਪਣੀ ਇਲਤਜ਼ਾ ਕਰਨੀ ਚਾਹੁੰਦਾ ਹੈਗਾ, ਸਭ ਨੂੰ ਇਹੀ ਰਿਕੁਐਸਟ ਕਰਨੀ ਚਾਹੁੰਦਾ ਵੀ ਜਿਵੇਂ ਇਹ ਟੀਮ ਕਰ ਰਹੀ ਹੈ ਸੇਵਾ, ਇੱਦਾਂ ਹੀ ਮਿਲ ਕੇ ਆਪਾਂ ਸੇਵਾ ਕਰੀਏ, ਕਿਸੇ ਦੇ ਉੱਤੇ ਕੋਈ ਬੋਝ ਨਹੀਂ ਪੈਂਦਾ। ਹਾਂਜੀ, DMC ਦੇ ਅੰਦਰ ਹੀ ਬਾਹਰ ਲਗਾਉਂਦੇ ਹਾਂ ਕਿਉਂਕਿ ਇਹਨਾਂ ਦਾ ਪ੍ਰੋਟੋਕੋਲ ਹੈ, ਅੰਦਰ ਕੋਈ ਲੰਗਰ ਨਹੀਂ ਲਗਾਉਣ ਦਿੰਦੇ। ਜੋ ਤੁਸੀਂ ਇਹ ਦੇਖ ਰਹੇ ਹੋ ਇਹ ਰੂਟੀਨ ਹੈ ਸਾਡੀ, ਇਹ ਰੈਗੂਲਰ ਇੱਦਾਂ ਹੀ ਚੱਲਦਾ। ਸਾਡੀ ਸੰਸਥਾ ਦਾ ਕੋਈ ਅਕਾਊਂਟ ਨਹੀਂ ਹੈਗਾ, ਕੋਈ ਬੈਂਕ ਅਕਾਊਂਟ ਨਹੀਂ, ਕੋਈ ਕੈਸ਼ ਡੋਨੇਸ਼ਨ ਨਹੀਂ। ਜਿੰਨੇ ਵੀ ਕਰਨਾ ਹਰ ਬੰਦੇ ਨੇ ਆਪਣੀ ਸੇਵਾ ਲਈ ਹੋਈ ਹੈ। ਸਬਜ਼ੀ ਵਾਲੇ ਸਬਜ਼ੀ ਦੀ, ਫਰੂਟ ਵਾਲੇ ਨੇ ਫਰੂਟ ਦੀ, ਬਿਸਕਿਟ ਵਾਲੇ ਨੇ ਚਾਹ ਕੌਫੀ ਵਾਲੇ ਨੇ, ਲੱਸੀ ਵਾਲੇ ਸਭ ਨੇ। ਮੈਸੇਜ ਇਹੀ ਹੈ ਜੀ ਵੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਲੰਗਰ ਹੈ ਸਿਰਫ ਇਹ ਖਾਣੇ ਤੱਕ ਸੀਮਤ ਨਾ ਰਹਿਣ। ਜਿਵੇਂ ਬੱਚੇ ਇੱਕ ਇੱਕ ਰੋਟੀ ਲੈ ਕੇ ਆ ਰਹੇ ਆ, ਮੇਰੀ ਗੁਜ਼ਾਰਿਸ਼ ਹੈ ਸਾਰੇ ਸਕੂਲਾਂ ਨੂੰ ਵੀ ਜਿਹੜੇ ਅੱਛੇ ਪਰਿਵਾਰਾਂ ਦੇ ਬੱਚੇ ਆ ਉਹ ਆਪਣੇ ਨਾਲ ਇੱਕ ਇੱਕ ਪੈਨਸਲ, ਇੱਕ ਇੱਕ ਕਾਪੀ ਲੈ ਕੇ ਆਉਣ। ਅਤੇ ਜੇ 15,000-20,000 ਬੱਚਾ ਇੱਕ ਇੱਕ ਪੈਨਸਲ ਜਾਂ ਕਾਪੀ ਲੈ ਕੇ ਆਉਂਦਾ, 20,000 ਬੱਚਾ ਲੋੜਵੰਦ, ਉਹਦੇ ਕੋਲ ਸਮਾਨ ਪਹੁੰਚ ਸਕਦਾ। ਨਿਰਪੱਖ ਪੋਸਟ ਲਈ ਲੁਧਿਆਣਾ ਤੋਂ ਟਿੰਕੂ ਕੁਮਾਰ ਦੀ ਰਿਪੋਰਟ।